ਹਾਂਜੀ ਸਾਰਿਆਂ ਨੂੰ ਸ਼ਸ਼ੀਕਾਲ ਸलाम नमस्कार ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੂ ਇੰਟਰਨੈਸ਼ਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰੋ ਤੇ ਵੀਡੀਓ ਲਾਈਕ ਸ਼ੇਅਰ ਕਰਨੀ ਜਿਹੜੀ ਹੈ ਜਰੂਰੀ ਹੈ ਕਿਉਂਕਿ ਇਹਦੇ ਨਾਲ ਜਿਹੜਾ ਸਾਨੂੰ ਹੌਸਲਾ ਫੁਜਾਈ ਮਿਲਦੀ ਹੈ ਗੱਲ ਕਰੀਏ ਪਹਿਲੇ ਅਪਡੇਟ ਦੀ ਤੁਸੀਂ ਕੁਝ ਦਿਨ ਪਹਿਲਾਂ ਸੁਣਿਆ ਸੀ ਕਿ ਕੁਝ ਇੰਡੀਅਨ ਮਸਾਲੇ ਜਿਨ੍ਹਾਂ ਨੂੰ ਕੀ ਹਾਂਗਕਾਂਗ ਤੇ ਸਿੰਗਾਪੁਰ ਦੇ ਵਿੱਚ ਬੈਨ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ ਹੀ ਇਸ ਚੀਜ਼ ਦੇ ਬਾਬਤ ਜਿਹੜਾ ਕਾਫੀ ਰੌਲਾ ਪਿਆ ਸੀ ਕਰਨੇ ਦੱਸਿਆ ਗਿਆ ਸੀ ਕਿ ਇਹਦੇ ਵਿੱਚ ਜਿਹੜੇ ਕੁਝ ਇਹੋ ਜਿਹੇ ਤੱਤ ਮਿਲੇ ਹਨ ਜਿਹੜੇ ਕਿ ਕੈਂਸਰ ਵਗੈਰਾ ਨੂੰ ਵਧਾਉਂਦੇ ਹਨ ਹੁਣ ਜਿਹੜੀ ਇੱਕ ਹੋਰ ਬੈਡ ਨਿਊਜ਼ ਆਈ ਹੈ ਹੁਣ ਯੂਰਪ ਦੇ ਵੱਲੋਂ ਜਿਹੜਾ ਇੰਡੀਆ ਨੂੰ ਝਟਕਾ ਦਿੱਤਾ ਗਿਆ ਹੈ ਯੂਰੋਪੀਅਨ ਯੂਨੀਅਨ ਦੇ ਵੱਲੋਂ ਮਤਲਬ ਕਿ EU ਦੇ ਵੱਲੋਂ 527 ਇੰਡੀਅਨ ਭੋਜਨ ਉਤਪਾਦ ਜਿਹੜੇ ਹਨ ਇਹਨਾਂ ਦੇ ਵਿੱਚ ਇਥਲਨ ਆਕਸਾਈਡ ਦੀ ਪਛਾਣ ਕੀਤੀ ਗਈ ਹੈ ਇੱਕ ਨਿਊਜ਼ ਚੈਨਲ ਦੇ ਉੱਤੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਜਿਹੜੀ ਅਗਲੀ ਕਾਰਵਾਈ ਵੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਹੈ ਕਿ EU ਫੂਡ ਸੇਫਟੀ ਥਾਰਟੀ ਜਿਹੜੀ ਹੈ ਇਸ ਨੇ ਸਤੰਬਰ 2020 ਤੋਂ ਲੈ ਕੇ ਅਪ੍ਰੈਲ 2024 ਤੱਕ ਜਿਹੜੇ ਸਰਵੇਕਸ਼ਨ ਕੀਤੇ ਹਨ ਤੇ ਜਿਹੜੇ ਇੰਡੀਆ ਤੋਂ ਪ੍ਰੋਡਕਟ ਇੱਥੇ ਇਟਲੀ ਦੇ ਵਿੱਚ ਜਾਂ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਵਿੱਚ ਆਉਂਦੇ ਹਨ ਤਕਰੀਬਨ ਇਹਨਾਂ ਦੇ ਵਿੱਚ 527 ਇਹੋ ਜਿਹੇ ਭੋਜਨ ਉਤਪਾਦ ਹਨ ਜਿਨ੍ਹਾਂ ਦੇ ਵਿੱਚ ਕਾਰਸੀ ਜਾਨਿਕ ਇਥਲਨ ਆਕਸਾਈਡ ਪਾਇਆ ਗਿਆ ਹੈ ਦੱਸਿਆ ਗਿਆ ਕਿ 313 ਤਰ੍ਹਾਂ ਦੇ ਸੁੱਕੇ ਮੇਵੇ ਤੇ ਤਿਲ ਖਾਣ ਵਾਲੀਆਂ ਵਸਤੂਆਂ 60 ਕਿਸਮ ਦੀਆਂ ਜੜੀ ਬੂਟੀਆਂ ਤੇ ਮਸਾਲੇ ਤੇ 48 ਖਰਾਕੀ ਵਸਤੂਆਂ ਤੇ 34 ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਇਹ ਪਾਏ ਗਏ ਹਨ ਤੇ ਨਾਲ ਹੀ ਤਕਰੀਬਨ 87 ਜਿਹੜੀਆਂ ਖੇਪਾਂ ਜਿਹੜੀਆਂ ਕਿ ਇੰਡੀਆ ਤੋਂ ਯੂਰਪ ਦੇ ਵਿਚਾਰੀਆਂ ਸਨ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਖਾਣ-ਪੀਣ ਦਾ ਸਮਾਨ ਸੀ ਹੋਰ ਕਈ ਜਿਹੜੇ ਇੰਡੀਅਨ ਪ੍ਰੋਡਕਟਸ ਹਨ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਤੇ ਜਿਹੜਾ ਇੱਥੇ ਪ੍ਰੋਡਕਟ ਹੈ ਜੀ ਜਿਨ੍ਹਾਂ ਦੇ ਵਿੱਚ ਚੀਜ਼ਾਂ ਪਾਈਆਂ ਗਈਆਂ ਹਨ ਉਹਨਾਂ ਨੂੰ ਵੀ ਮਾਰਕੀਟ ਤੋਂ ਹਟਾ ਦਿੱਤਾ ਗਿਆ ਹੈ ਹੁਣ ਇੱਥੇ ਵੀ ਦੱਸ ਦਈਏ ਕਿ ਜਿਹੜਾ ਇਥੀਲੀਨ ਆਕਸਾਈਡ ਹੈ ਕਿ ਇੱਕ ਰੰਗਹੀਨ ਗੈਸ ਹੁੰਦੀ ਹੈ ਜਿਹੜੀ ਕਿ ਕੀਟਨਾਸ਼ਕ ਇਸ ਨੂੰ ਇੱਕ ਕੀਟਨਾਸ਼ਕ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਯੂਰੋ ਦਾ ਜਿਹੜਾ ਰੇਟ ਹੈ ਕੱਲ ਨਾਲੋਂ ਥੋੜਾ ਹੋਰ ਜ਼ਿਆਦਾ ਵੱਧ ਚੁੱਕਾ ਹੈ 99 ਰੁਪਏ 28 ਪੈਸੇ ਦੇ ਉੱਤੇ ਆ ਚੁੱਕਾ ਹੈ ਇੰਗਲੈਂਡ ਦਾ 1 ਪੌਂਡ 104 ਰੁਪਏ 4 ਪੈਸੇ ਦੁਬਈ ਦਾ ਦਰਮ 22 ਰੁਪਏ 68 ਪੈਸੇ ਨਿਊਜ਼ੀਲੈਂਡ ਦਾ ਡਾਲਰ 59 ਰੁਪਏ 47 ਪੈਸੇ ਤੇ ਇਸ ਤੋਂ ਇਲਾਵਾ ਆਸਟ੍ਰੇਲੀਅਨ ਡਾਲਰ 54 ਰੁਪਏ 18 ਪੈਸੇ ਦੇ ਉੱਤੇ ਅਮਰੀਕਨ ਡਾਲਰ 83 ਰੁਪਏ 28 ਪੈਸੇ ਤੇ ਕੈਨੇਡਾ ਦਾ ਡਾਲਰ 60 ਰੁਪਏ 82 ਪੈਸੇ ਦੇ ਉੱਤੇ ਚੱਲ ਰਿਹਾ ਹੈ। ਬਿਟਕੋਇਨ ਦਾ ਰੇਟ ਜਿਹੜਾ 64000 ਦੇ ਆਸ-ਪਾਸ ਚੱਲ ਰਿਹਾ ਹੈ। ਹੁਣ ਗੱਲ ਕਰ ਲਈਏ ਆਪਾਂ ਉਹਨਾਂ ਦੇ ਬਾਰੇ ਜਿਨ੍ਹਾਂ ਨੇ ਸੋਨਾ ਖਰੀਦਣ ਦਾ ਮਨ ਬਣਾ ਲਿਆ ਹੈ। ਜ਼ਿਆਦਾਤਰ ਇਹਦੇ ਵਿੱਚ ਜਿਹੜੀਆਂ ਲੇਡੀਆਂ ਹੁੰਦੀਆਂ ਹਨ ਜਿਹੜੀਆਂ ਇਹ ਸੋਚਦੀਆਂ ਨੇ ਕਿ ਧੀ ਪੁੱਤ ਦੇ ਵਿਆਹ ਦੇ ਵਾਸਤੇ ਜਿਹੜਾ ਸੋਨਾ ਹੈ ਜੀ ਹੁਣ ਹੀ ਬਣਾ ਲਿਆ ਜਾਵੇ ਕਿਉਂਕਿ ਅੱਗੇ ਜਾ ਕੇ ਜਿਹੜਾ ਇਸ ਦਾ ਰੇਟ ਹੋ ਸਕਦਾ ਹੈ ਕਿ ਜ਼ਿਆਦਾ ਵੱਧ ਜਾਵੇ। ਪਰੰਤੂ ਜਿੱਦਾਂ ਪਹਿਲਾਂ ਵੀ ਵੀਡੀਓ ਵਿੱਚ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਦ ਕਿ ਜਿਹੜਾ ਸੋਨੇ ਦਾ ਇੱਕਦਮ ਰੇਟ ਵਧਿਆ ਹੈ ਇਹ ਕੋਈ ਸੁਭਾਵਕ ਨਹੀਂ ਹੈ ਇਹਦੇ ਪਿੱਛੇ ਕੁਝ ਨਾ ਕੋਈ ਜਿਹੜੇ ਕਾਰਨ ਸਨ ਪਰੰਤੂ ਹੁਣ ਕੀ ਹੋ ਰਿਹਾ ਹੈ ਕਿ ਖੁਸ਼ੀ ਵਾਲੀ ਗੱਲ ਹੈ ਕਿ ਸੋਨੇ ਦੀਆਂ ਜਿਹੜੀਆਂ ਕੀਮਤਾਂ ਨ ਹੋਰ ਜ਼ਿਆਦਾ ਘਟ ਚੁੱਕੀਆਂ ਹਨ ਤਕਰੀਬਨ ਜਿੱਦ ਤੱਕ ਤੁਹਾਡੇ ਕੋਲ ਖਬਰ ਪਹੁੰਚਦੀ ਹੈ ਸੋਨਾ ਜਿਹੜਾ ਹੈ ਜੀ 70650 ਦੇ ਉੱਤੇ ਆ ਚੁੱਕਾ ਹੈ ਜਦੋਂ ਕਿ ਇਹ ਪਹਿਲਾਂ 73000 ਤੋਂ ਵੀ ਉੱਪਰ ਜਾ ਚੁੱਕਾ ਸੀ ਤੇ ਚਾਂਦੀ ਵੀ ਘਟ ਕੇ 86000 ਤੋਂ 81700 ਰੁਪਏ ਦੇ ਉੱਪਰ ਆ ਚੁੱਕੀ ਹੈ ਬਾਕੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਦੇਖੀਏ ਤਾਂ ਸੋਨੇ ਚਾਂਦੀ ਦਾ ਜਿਹੜਾ ਭਾਅ ਹੈ ਜੀ ਇਸ ਦਾ ਰੇਟ ਜਿਹੜਾ ਘਟਣਾ ਸ਼ੁਰੂ ਹੋ ਚੁੱਕਾ ਹੈ ਗੱਲ ਕਰ ਲਈਏ ਅਸੈਨੀਓ ਉਨੀਕੋ ਦੀ ਅਸੈਨੀਓ ਉਨੀਕੋ ਜਿਹੜਾ ਕਿ ਬੱਚਿਆਂ ਦੇ ਵਾਸਤੇ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਜਦੋਂ ਬੱਚਾ 18 ਸਾਲ ਤੱਕ ਤੋਂ ਛੋਟਾ ਹੋਵੇ ਤੇ ਇੱਥੇ ਖਬਰ ਦੱਸਣ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਸੈਨੀਓ ਉਨੀਕੋ ਜਿਹੜਾ ਹੈ ਹੁਣ ਹਾਲ ਦੇ ਸਾਲਾਂ ਦੇ ਵਿੱਚ ਜਿਹੜਾ ਇਸ ਨੂੰ ਵਧਾਇਆ ਗਿਆ ਹੈ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਲੋਕਾਂ ਨੇ ਪਹਿਲਾਂ ਇੱਥੇ ਆਪਣੇ ਪਰਿਵਾਰ ਲਿਆਂਦੇ ਸਨ ਬੱਚੇ ਲਿਆਂਦੇ ਸਨ ਉਹਨੂੰ ਜਿਹੜਾ ਸੈਨਿਊ ਨਿਕੋ ਸੀ ਇੱਕ ਬਹੁਤ ਜਿਹੜਾ ਘੱਟ ਹੀ ਮਿਲ ਰਿਹਾ ਸੀ ਤਕਰੀਬਨ ਜੇ ਕਿਸੇ ਦੇ ਦੋ ਬੱਚੇ ਹੁੰਦੇ ਸਨ ਤੇ ਵਾਈਫ ਵੀ ਕੰਮ ਨਹੀਂ ਕਰਦੀ ਸੀ ਤੇ ਤਕਰੀਬਨ ਉਹਨਾਂ ਨੂੰ 200 ਯੂਰੋ ਦੇ ਆਸ-ਪਾਸ ਹੀ ਜਿਹੜਾ ਸੈਨਿਊ ਮਿਲਦਾ ਸੀ ਦੋਨਾਂ ਬੱਚਿਆਂ ਤੇ ਵਾਈਫ ਦਾ ਪਰੰਤੂ ਹ ਹੁਣ ਦੋ ਤਿੰਨ ਸਾਲਾਂ ਤੋਂ ਕੀ ਹੋ ਰਿਹਾ ਕਿ ਜਿਹੜਾ ਸੈਨਿਊ ਹੈ ਜਿਸ ਦਾ ਜਿਹੜਾ ਮੁੱਲ ਵਧਾਇਆ ਤਾ ਗਿਆ ਹੈ ਮਤਲਬ ਕਿ ਇਸ ਨੂੰ ਜਿਹੜਾ ਜ਼ਿਆਦਾ ਕਰ ਦਿੱਤਾ ਗਿਆ ਹੈ ਹੁਣ ਅੱਜ ਕੱਲ ਇੱਕ ਬੱਚੇ ਨੂੰ 190 ਕੁ ਯੂਰੋ ਜਿਹੜੇ ਆਮ ਮਿਲ ਜਾਂਦੇ ਹਨ ਮਤਲਬ ਕਿ ਹੁਣ ਜਿਹੜੇ ਲੋਕ ਇਥੇ ਏਟੀਰੀ ਦੇ ਵਿੱਚ ਆਪਣੀਆਂ ਫੈਮਲੀਆਂ ਲੈ ਕੇ ਆ ਰਹੇ ਪਰੰਤੂ ਇਸ ਵਾਰ ਕੀ ਹੋਇਆ ਹੈ ਕਿ ਜਿਹੜਾ ਸੈਨੀਓਨਿਕੋ ਹੁੰਦਾ ਹੈ ਤਕਰੀਬਨ 17 18 ਜਾਂ 19 ਤਰੀਕ ਤੱਕ ਹਰ ਮਹੀਨੇ ਦੀ ਇਹ ਜਿਹੜਾ ਆਪਣੇ ਆਪ ਹੀ ਅਕਾਊਂਟ ਦੇ ਵਿੱਚ ਲੋਕਾਂ ਦੇ ਪੈਸੇ ਆ ਜਾਂਦੇ ਹਨ ਪਰੰਤੂ ਇਸ ਵਾਰ ਕੀ ਹੋਇਆ ਹੈ ਕਿ ਜਿਹੜੇ ਪੈਸੇ ਹਨ ਅਕਾਊਂਟ ਦੇ ਵਿੱਚ ਨਹੀਂ ਆ ਰਹੇ ਬਹੁਤ ਸਾਰੇ ਵੀਰਾਂ ਨੇ ਇਸ ਬਾਬਤ ਪੁੱਛਿਆ ਹੈ ਤਾਂ ਇੱਥੇ ਦੱਸ ਦਈਏ ਕਿ ਜਿਹੜਾ ਸਾਰਿਆਂ ਦੇ ਨਾਲ ਹੀ ਇੰਜ ਹੋ ਰਿਹਾ ਹੈ ਬਾਕੀ ਕੋਈ ਵੀ ਵੀਰ ਜਿਹੜਾ ਸਾਡੀ ਵੀਡੀਓ ਸੁਣਦਾ ਹੋਵੇ ਜੇ ਕਿਸੇ ਨੂੰ ਵੀਟਲੀ ਦੇ ਵਿੱਚ ਬੱਚਿਆਂ ਦੇ ਪੈਸੇ ਜਿਹੜਾ ਸੈਨੀਓਨਿਕੋ ਹੈ ਜੀ ਇਸ ਮਹੀਨੇ ਦੇ ਪੈਸੇ ਅਗਰ ਉਸਦੇ ਅਕਾਊਂਟ ਦੇ ਵਿੱਚ ਆਏ ਹਨ ਤੇ ਜਰੂਰ ਦੱਸਿਓ ਜਿਸ ਲਿਖ ਦਿਓ ਇਹਦੇ ਨਾਲ ਬਾਕੀ ਵੀਰ ਜਿਹੜੇ ਹਨ ਜੀ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਜਾਵੇਗਾ ਹੁਣ ਗੱਲ ਕਰ ਲਈ ਜਿਹੜੇ ਲੋਕ ਇਟਲੀ ਦੇ ਵਿੱਚ ਰਹਿੰਦੇ ਹਨ ਕਾਫੀ ਲੋਕ ਜਿਹੜੇ ਟੈਕਸ ਕਈ ਤਰ੍ਹਾਂ ਦਾ ਭਰਦੇ ਹਨ ਮਤਲਬ ਕਿ ਲੋਕ ਟੈਕਸਾਂ ਤੋਂ ਬਹੁਤ ਜ਼ਿਆਦਾ ਇਟਲੀ ਦੇ ਵਿੱਚ ਡਰਦੇ ਹਨ ਹੁਣ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਕਾਨੂੰਨੇ ਰਾਏ 199 90 ਕੁ ਯੂਰੋ ਪਹਿਲਾਂ ਇਹ ਹੁੰਦਾ ਸੀ ਤੇ ਹੁਣ ਤਕਰੀਬਨ ਇਸ ਨੂੰ 70 ਯੂਰੋ ਕੀਤਾ ਗਿਆ ਹੈ ਤੇ ਸਰਕਾਰ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਬਹੁਤੇ ਲੋਕੀ ਅੱਜਕਲ ਜਿਹੜੇ ਟੀਵੀ ਵਗੈਰਾ ਘਰ ਦੇ ਵਿੱਚ ਕਈ ਨਹੀਂ ਰੱਖਦੇ ਉਹ ਮੋਬਾਈਲ ਦੇ ਉੱਤੇ ਫਿਲਮਾਂ ਵਗੈਰਾ ਦੇਖ ਲੈਂਦੀ ਹਨ ਜਾਂ ਟੀਵੀ ਦਾ ਕੰਮ ਜਿਹੜਾ ਹੈ ਜੀ ਮੋਬਾਈਲ ਤੋਂ ਹੀ ਲੈ ਲਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜੀ ਸਰਕਾਰ ਹੈ ਅੰਦਰ ਲੀਆਂ ਜੇ ਖਬਰਾਂ ਹਨ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੁਣ ਇਸ ਬਾਬਤ ਵੀ ਸੋਚ ਰਹੀ ਹੈ ਕਿ ਜਦੋਂ ਕੋਈ ਵੀ ਬੰਦਾ ਜਿਹੜਾ ਮੋਬਾਈਲ ਫੋਨ ਲੈਂਦਾ ਹੈ ਜੇ ਉਹਦੇ ਵਿੱਚ SIM ਪਾਉਂਦਾ ਹੈ ਤਾਂ ਉਸ ਨੂੰ ਜਿਹੜਾ ਹੈ ਜੀ ਰਾਇ ਲਾਇਸੈਂਸ ਫੀਸ ਜਿਹੜੀ ਹੈ ਜੀ ਰਾਇ ਕਾਨੂੰਨ ਹੈ ਉਹ ਪੇ ਕਰਨੀ ਪੈ ਸਕਦੀ ਹੈ ਮਤਲਬ ਕਿ ਭਵਿੱਖ ਦੇ ਵਿੱਚ ਇਹ ਕੰਮ ਹੋ ਸਕਦਾ ਹੈ ਸਰਕਾਰੀ ਇਸ ਬਾਬਤ ਜਿਹੜਾ ਹੈ ਜੀ ਸੋਚ ਵਿਚਾਰ ਕਰ ਰਹੀ ਹੈ ਇਹ ਜਿਹੜੀ ਫੀਸ ਹੈ ਜੀ ਕਿੰਨੀ ਹੋਏਗੀ ਦੱਸਿਆ ਗਿਆ ਕਿ 100 ਯੂਰੋ ਜਿਹੜਾ ਹੈ ਜੀ ਟੌਪ ਅਪ ਕਰਨ ਦੇ ਵਾਸਤੇ ਦੇਣਾ ਪਵੇਗਾ ਇਹ ਜਿਹੜਾ ਨਵਾਂ ਆਈਡੀਆ ਹੈ ਸਰਕਾਰ ਦਾ ਬਾਕੀ ਇਥੇ ਵੀ ਦੱਸ ਜੀ ਕਿ ਇਸ ਟਾਈਮ ਜਿਹੜਾ ਇਟਲੀ ਵਿੱਚ ਉਹ ਜਿਹਦਾ ਪਹਿਲੇ ਵਾਲਾ ਹਿਸਾਬ ਤਾਂ ਸੀ ਹੁਣ ਉਸ ਤਰ੍ਹਾਂ ਦਾ ਨਹੀਂ ਹੈ ਹੁਣ ਜਿਹੜੇ ਪੈਟਰੋਲ ਦੀਆਂ ਕੀਮਤਾਂ ਜ਼ਿਆਦਾ ਵੱਧ ਚੁੱਕੀਆਂ ਹਨ ਜਿਹੜੇ ਬਿੱਲ ਹਨ ਜੱਗੇ ਨਾਲੋਂ ਬਹੁਤ ਜ਼ਿਆਦਾ ਆ ਰਹੇ ਹਨ ਤੇ ਜਿਹੜਾ ਫੂਡ ਪ੍ਰਾਈਸਸ ਹੈ ਇਹਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਹਨ ਮਤਲਬ ਕਿ ਹੁਣ ਜਿਹੜਾ ਜੀਣਾ ਇੱਥੇ ਇਟਲੀ ਦੇ ਵਿੱਚ ਕੈਨੇਡਾ ਵਾਲਾ ਇੱਕ ਬੰਦਾ ਜਿਹੜਾ ਹੈ ਜੀ ਅਗਰ ਉਸ ਦਾ ਪੂਰਾ ਖਰਚਾ ਚੁੱਕਦਾ ਹੈ ਘਰ ਦਾ ਤਾਂ ਉਸ ਦੇ ਕੋਲ ਮਹੀਨੇ ਦੇ ਐਂਡ ਦੇ ਵਿੱਚ ਕੁਝ ਵੀ ਨਹੀਂ ਬਚਦਾ ਜੇ ਦੋ ਬੰਦੇ ਕੰਮ ਕਰਦੇ ਹਨ ਤੇ ਫਿਰ ਉਹ ਵੱਖਰੀ ਗੱਲ ਹੈ ਕਿ ਇੱਕ ਬੰਦੇ ਦੀ ਤਨਖਾਹ ਦੇ ਨਾਲ ਘਰ ਚੱਲਦਾ ਹੈ ਤੇ ਦੂਸਰੇ ਦੀ ਸੈਲਰੀ ਪੂਰੀ ਦੀ ਪੂਰੀ ਬਚ ਜਾਂਦੀ ਹੈ ਜਿਹੜੇ ਘਰ ਦੇ ਵਿੱਚ ਇੱਕ ਬੰਦਾ ਕੰਮ ਕਰਦਾ ਹੈ ਉਹਨਾਂ ਦੀ ਜਿਹੜੀ ਹਾਲਤ ਹੈ ਜੀ ਇਸ ਟਾਈਮ ਖਰਾਬ ਹੁਣ ਗੱਲ ਕਰ ਲਈਏ ਨੈਕਸਟ ਖਬਰ ਦੀ ਜੇ ਸਕੂਲ ਦੇ ਵਿੱਚ ਜਿਹੜੇ ਟੀਚਰ ਹਨ ਉਹ ਆਪਣੇ ਕੋਲ ਜਿਹੜੀਆਂ ਬੰਦੂਕਾਂ ਵਗੈਰਾ ਰੱਖਣ ਜਿੱਦਾਂ ਕਿ ਕਨਸੀਲਡ ਹੈਂਡ ਗਨ ਤੇ ਕਿਹੋ ਜੀ ਗੱਲ ਹੋਵੇਗੀ ਹੁਣ ਜਿਹੜਾ ਸਮਾਂ ਹੀ ਇਹੋ ਜਿਹਾ ਆ ਚੁੱਕਾ ਹੈ ਇਹ ਜਿਹੜੀ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰੀਕਾ ਦੇ ਨਾਲ ਸਬੰਧਤ ਹੈ ਟੈਨੇਸੀ ਦੀ ਸੰਸਦ ਮੈਂਬਰਾਂ ਨੇ ਇੱਕ ਬਿੱਲ ਨੂੰ ਜਿਹੜੀ ਮਨਜ਼ੂਰੀ ਦਿੱਤੀ ਹੈ ਜਿਹਦੇ ਵਿੱਚ ਹੁਣ ਸਕੂਲ ਦੇ ਅਧਿਆਪਕਾਂ ਦੇ ਤੇ ਹੋਰ ਜਿਹੜਾ ਸਟਾਫ ਹੈ ਉਹਨਾਂ ਨੂੰ ਸਕੂਲ ਦੇ ਅੰਦਰ ਕਨਸੀਲਡ ਹੈਂਡਗਨਾਂ ਨੂੰ ਲਿਜਾਣ ਦੀ ਇਜਾਜ਼ਤ ਮਿਲਦੀ ਹੈ ਹੋਇਆ ਇਸ ਤਰ੍ਹਾਂ ਕਿ ਨੈਸ਼ਵਿਲ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਸੀ ਇਹਦੇ ਵਿੱਚ 6 ਲੋਕਾਂ ਦੀ ਮੌਤ ਹੋਈ ਸੀ ਤੇ ਤੇ ਇਸ ਤੋਂ 1 ਸਾਲ ਦੇ ਅੰਦਰ ਅੰਦਰ ਇਹ ਜਿਹੜਾ ਬਿੱਲ ਹੈ ਜੀ ਇਸ ਨੂੰ ਬਣਾਇਆ ਗਿਆ ਤੇ ਇਸ ਨੂੰ ਅੰਤਮ ਪ੍ਰਵਾਨਗੀ ਦੇ ਵਾਸਤੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ। ਬਾਕੀ ਇਹ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਜਿਹੜਾ ਵੀ ਸਟਾਫ ਸਕੂਲ ਦਾ ਹੋਏਗਾ ਜਾਂ ਜਿਹੜੇ ਹੋਰ ਟੀਚਰ ਵਗੈਰਾ ਹੋਣਗੇ ਜਿਓ ਆਪਣੇ ਕੋਲ ਹੈਂਡ ਗਨ ਰੱਖਣੀ ਚਾਹੁੰਦੇ ਹਨ ਕਨਸੀਲਡ ਤੇ ਉਹਨਾਂ ਨੂੰ ਹਰ ਸਾਲ ਜਿਹੜੀ ਹੈ ਜੀ ਪੁਲਿਸਿੰਗ ਦੇ ਨਾਲ ਸਬੰਧਤ 40 ਘੰਟੇ ਦੀ ਇੱਕ ਮਨਜ਼ੂਰਸ਼ੁਦਾ ਸਿਖਲਾਈ ਜਿਹੜੀ ਪੂਰੀ ਕਰਨੀ ਪਵੇਗੀ। ਬਾਕੀ ਲੋਕਾਂ ਨੇ ਜਿਹੜਾ ਇਸ ਬਿਲ ਦਾ ਕਾਫੀ ਵਿਰੋਧ ਕੀਤਾ ਹੈ। ਅਗਲੀ ਖਬਰ ਜਿਹੜੀ ਹੈ ਜੀ ਪੰਜਾਬ ਦੇ ਨਾਲ ਸਬੰਧਤ ਹੈ। ਪੰਜਾਬ ਤੇ ਹਰਿਆਣਾ ਦਾ ਕੁਝ ਇਲਾਕਾ ਜਿਹਦੇ ਵਿੱਚ ਪੁਚਾਰ ਆਇਆ ਹੈ ਇਸ ਪੁਚਾਰ ਦਾ ਜਿਹੜਾ ਕੇਂਦਰ ਬਿੰਦੂ ਹੈ ਉਹ ਹਰਿਆਣੇ ਦਾ ਜਿਹੜਾ ਸ਼ਹਿਰ ਹੈ ਜੀ हिसार ਦੱਸਿਆ ਜਾ ਰਿਹਾ ਹੈ ਬਾਕੀ ਦੇ ਵਿੱਚ ਗੁੱਡ ਨਿਊਜ਼ ਇਹ ਹੈ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਨੁਕਸਾਨ ਨਹੀਂ ਹੋਇਆ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਪਹਿਲਾਂ ਵੀ ਪੁਚਾਰ ਆਇਆ ਸੀ ਜਿਸ ਦੀ ਤੀਬਰਤਾ 5.3 ਦੱਸੀ ਗਈ ਸੀ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਗਵਾਂਡੀ ਮੁਲਕ ਪਾਕਿਸਤਾਨ ਦੇ ਵਿੱਚ ਵੀ ਤੇਜ਼ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਸਨ ਹੁਣ ਗੱਲ ਕਰੀਏ ਇੱਕ ਇਹੋ ਜਿਹੇ ਗੈਂਗ ਦੀ ਜਿਨ੍ਹਾਂ ਨੇ ਕੀ ਕੀਤਾ ਕਿ YouTube ਤੋਂ ਹੀ ਨਕਲੀ 에어ਬੈਗ ਬਣਾਉਣ ਦਾ ਧੰਦਾ ਜਿਹੜਾ ਸਿੱਖਿਆ ਤੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਸਨ ਤਕਰੀਬਨ 3 ਸਾਲਾਂ ਤੋਂ ਜਿਹੜਾ ਇਹ ਗੈਰਕਾਨੂੰਨੀ ਕੰਮ ਕਰ ਰਹੇ ਸਨ ਇਹ ਕੀ ਕਰਦੇ ਸਨ ਕਿ ਜਿਹੜੀਆਂ ਐਕਸੀਡੈਂਟ ਵਗੈਰਾ ਗੱਡੀਆਂ ਹੁੰਦੀਆਂ ਹਨ ਉਹਨਾਂ ਦੇ 에어ਬੈਗ ਦੇ ਮੋਟਰ ਤੇ ਲੋਗੋ ਜਿਹੜਾ ਉਹਨਾਂ ਗੱਡੀਆਂ ਦਾ ਸੀ ਇਹ ਖਰੀਦ ਲੈਂਦੇ ਸਨ ਹੁਣ ਤੱਕ ਦੱਸਿਆ ਗਿਆ ਹੈ ਕਿ ਇਹਨਾਂ ਨੇ 2000 ਤੋਂ ਜ਼ਿਆਦਾ ਜਿਹੜੇ ਨਕਲੀ 에어ਬੈਗ ਮਾਰਕੀਟ ਦੇ ਵਿੱਚ ਵੇਚੇ ਹਨ ਇਥੇ ਦੱਸਦੀ ਕਿ ਜੇ ਆਪਾਂ ਕਿਸੇ ਲਗਜ਼ਰੀ ਗੱਡੀ ਵਧੀਆ ਕੰਪਨੀ ਦੀ ਜਿਹੜੀ ਗੱਡੀ ਹੈ ਜੀ ਜੇ ਆਪਾਂ Airbag ਦੀ ਗੱਲ ਕਰੀਏ ਤਾਂ ਤਕਰੀਬਨ ਜਿਹੜੀ ਇਸ ਦੀ ਕੀਮਤ ਹੈ 1.5 ਲੱਖ ਰੁਪਏ ਦੇ ਆਸ-ਪਾਸ ਹੈ ਪਰੰਤੂ ਇਹ ਬੰਦੇ ਕੀ ਕਰਦੇ ਸਨ ਕਿ ਉਸੇ ਕੰਪਨੀ ਦਾ ਲੋਗੋ ਲਾ ਕੇ ਨਕਲੀ Airbag ਜਿਹੜਾ ਸੀ 30000 ਤੋਂ ਲੈ ਕੇ 50000 ਰੁਪਏ ਦੇ ਵਿੱਚ ਵੇਚ ਦਿੰਦੇ ਸਨ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿੰਨਾ ਵੱਡਾ ਖਿਲਵਾੜ ਹੈ ਲੋਕਾਂ ਦੀ ਜਾਨ ਦੇ ਨਾਲ ਜਦੋਂ ਐਕਸੀਡੈਂਟ ਵਗੈਰਾ ਹੁੰਦਾ ਹੈ ਤਾਂ ਬੰਦਾ ਜਿਹੜਾ ਇਸ ਚੀਜ਼ ਦੇ ਉੱਤੇ ਭਰੋਸਾ ਕਰਦਾ ਹੈ ਕਿ ਉਸ ਦੇ Airbag ਗੱਡੀ ਦੇ ਵਿੱਚ ਲੱਗਾ ਹੁੰਦਾ ਹੈ ਪਰੰਤੂ ਜੇ 에어 ਬੈਗ ਹੀ ਨਕਲੀ ਹੋਏਗਾ ਤੇ ਉਹ ਬੰਦੇ ਦੀ ਕੀ ਜਾਨ ਬਚਾਏਗਾ। ਅਗਲੀ ਖਬਰ ਜਿਹੜੀ ਕੈਨੇਡਾ ਦੇ ਨਾਲ ਸੰਬੰਧਿਤ ਹੈ ਸਰੀ ਦੇ ਇਲਾਕੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਜਿਸ ਦਾ ਨਾਮ ਕੁਲਵਿੰਦਰ ਸਿੰਘ ਸੋਹੀ ਤੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 27 ਸਾਲ ਦੱਸੀ ਗਈ ਹੈ। ਇਸ ਨੂੰ ਵਾਈਟ ਰੌਕ ਵਾਟਰਫਰੰਟ ਦੇ ਸਾਹਮਣੇ ਜਿਹੜਾ ਕਿਸੇ ਬੰਦੇ ਨੇ ਜਿਸ ਦਾ ਕੋਈ ਵੀ ਪਛਾਣ ਅਜੇ ਤੱਕ ਨਹੀਂ ਹੋਈ ਹੈ ਉਸ ਨੇ ਚਾਕੂ ਮਾਰ ਕੇ ਜਿਹੜੀ ਇਸ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਿਸ ਸ਼ਖਸ ਨੇ ਇਹ ਕਾਰਾ ਕੀਤਾ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਉਸ ਨੇ ਇੱਕ ਬੈਂਚ ਦੇ ਉੱਤੇ ਬੰਦਾ ਬੈਠਾ ਹੋਇਆ ਸੀ ਪਹਿਲਾਂ ਉਸ ਦੇ ਉੱਤੇ ਹਮਲਾ ਕੀਤਾ ਉਸ ਨੂੰ ਜ਼ਖਮੀ ਕੀਤਾ ਤੇ ਬਾਅਦ ਵਿੱਚ ਕੁਲਵਿੰਦਰ ਸਿੰਘ ਸੋਹੀ ਨੂੰ ਮਾਰ ਦਿੱਤਾ ਚਾਕੂਆਂ ਦੇ ਨਾਲ ਕੁਲਵਿੰਦਰ ਸਿੰਘ 2018 ਦੇ ਵਿੱਚ ਕੈਨੇਡਾ ਆਇਆ ਸੀ ਵਰਕ ਪਰਮਿਟ ਦੇ ਉੱਤੇ ਤੇ ਕੁਝ ਸਮਾਂ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਉੱਥੇ ਉਹ ਪੱਕਾ ਹੋਇਆ ਸੀ ਤੇ ਕੈਨੇਡਾ ਦੇ ਵਿੱਚ ਪਲੰਬਰ ਦਾ ਕੰਮ ਕਰਦਾ ਸੀ ਜਿਹੜੀ ਬੈਕਗ੍ਰਾਉਂਡ ਹੈ ਜੀ ਪੰਜਾਬ ਦੇ ਨਾਲ ਜ਼ਿਲ੍ਹਾ ਸੰਗਰੂਰ ਤੇ ਪਿੰਡ ਦਾ ਨਾਮ ਹੈ ਤੋਲੇਵਾਲ ਬਹੁਤ ਹੀ ਬੈਡ ਨਿਊਜ਼ ਹੈ ਬਾਕੀ ਵੀਡੀਓ ਦੇ ਲਾਸਟ ਵਿੱਚ ਦੱਸ ਦਿੱਤੀ ਕਿ ਜਿੰਨਾ ਵੀਰਾਂ ਨੂੰ ਅਸੈਨਿਓ ਨੀਕੋ ਆ ਚੁੱਕਾ ਹੈ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੁਸੀਂ ਵੀਡੀਓ ਇੱਥੇ ਤੱਕ ਦੇਖੀ ਜੇ ਅਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ